ਅੱਜ ਵਾਲਾ ਜਿਹੜਾ ਪੰਜਾਬ ਸੰਯੁਕਤ ਕਿਸਾਨ ਮੋਰਚੇ ਪੰਜਾਬ ਦੇ ਚੈਪਟਰ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਂਝਾ ਇਹ ਫੈਸਲਾ ਲਿਆ ਸੀ 29 ਤਰੀਕ ਨੂੰ ਵੀ ਡੀਸੀ ਦਫ਼ਤਰਾਂ ਦੇ ਸਾਰੇ ਆਲ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਘੇਰੇ ਜਾਣਗੇ। ਉਹਦੇ ਕੜੀ ਦੇ ਤਹਿਤ ਅਸੀਂ 11 ਤੋਂ ਲੈ ਕੇ 3 ਵਜੇ ਤੱਕ ਇੱਥੇ ਸ਼ਾਂਤੀਪੂਰਵਕ ਡੀਸੀ ਦਫ਼ਤਰ ਦੇ ਮੂਹਰੇ ਬੈਠਾਂਗੇ। ਇਹ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਇਹ ਸਾਡੇ ਇੱਕ ਝੋਨੇ ਦੀ ਢਿੱਲੀ ਕਾਰਗੁਜ਼ਾਰੀ, ਲਿਫਟਿੰਗ ਨਾ ਹੋਣਾ, ਔਰ ਤੀਸਰਾ ਜਿਹੜਾ ਸਾਰਿਆਂ ਨਾਲੋਂ ਵੱਡੀ ਲੁੱਟ ਹੋ ਰਹੀ ਹੈ DAP ਦੀ। DAP ਸਾਨੂੰ ਕਿਸਾਨਾਂ ਨੂੰ ਮਿਲ ਨਹੀਂ ਰਹੀ, ਜੇ ਮਿਲਣ ਜਾਂਦਾ ਬਾਜ਼ਾਰ ਦੇ ਵਿੱਚੋਂ ਲੈਣ ਜਾਂਦੇ ਆ ਅਤੇ ਉਹਦੇ ਨਾਲ ਜੇ 1400 ਦਾ ਗੱਟਾ ਤਾਂ 1500 ਦਾ ਸਮਾਨ ਵਾਧੂ ਦਿੱਤਾ ਜਾ ਰਿਹਾ ਸਾਨੂੰ। ਸਾਡੇ ਸੁਸਾਇਟੀਆਂ ਦੇ ਵਿੱਚ ਹਜੇ ਤੱਕ DAP ਦਾ ਜਿਹੜਾ 300-400 ਗੱਟਾ ਪਹੁੰਚਿਆ, ਜੇ 1500 ਸੁਸਾਇਟੀ ਨੇ ਡੈਂਟ ਕੀਤਾ ਤਾਂ ਉਹਦਾ 400 ਗੱਟਾ ਹਜੇ ਤੱਕ ਉੱਥੇ ਪਹੁੰਚਿਆ। ਸੈਟੇਲਾਈਟ ਰਾਹੀਂ ਇਹਨਾਂ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗ ਜਾਂਦਾ ਵੀ ਫਲਾਨੇ ਪਿੰਡ ਅੱਗ ਲੱਗੀ ਆ। ਸੈਟੇਲਾਈਟ ਦਾ ਇਹ ਨਹੀਂ ਪਤਾ ਲੱਗਦਾ ਵੀ ਮੰਡੀਆਂ ਦੇ ਵਿੱਚ ਐਡੇ ਐਡੇ ਅੰਬਾਰ ਲੱਗੇ ਪਏ ਆ, ਨਾਲੇ ਪ੍ਰੈਕਟੀਕਲ ਦੱਸੀ ਜਾਂਦੇ ਆ, ਮੀਡੀਆ ਰਾਹੀਂ ਦੱਸੀ ਜਾਂਦੇ ਆ, ਅਖਬਾਰਾਂ ਦੇ ਵਿੱਚ ਦੱਸੀ ਜਾਂਦੇ ਆ ਐਡੇ ਐਡੇ ਅੰਬਾਰ ਲੱਗ ਰਹੇ ਆ। ਜਿਹੜੇ ਇੱਕ ਜੇ ਕਿਸਾਨ ਕੋਈ ਮਜਬੂਰੀ ਵੱਸ ਕੋਈ ਅੱਗ ਲਾ ਦਿੰਦਾ ਤਾਂ ਸਾਰਾ ਪ੍ਰਸ਼ਾਸਨ ਪੱਪਾ ਭਾਰ ਹੋ ਜਾਂਦਾ, ਉਹਦੇ 'ਤੇ ਪਰਚਾ ਕੀਤਾ ਜਾਵੇ, ਉਹਦੇ ਨੂੰ ਜੁਰਮਾਨਾ ਕੀਤਾ ਜਾਵੇ, ਪੁਖਤਾ ਪ੍ਰਬੰਧ ਕਿਉਂ ਨਹੀਂ ਕਰਦੇ? ਇਹ ਅੱਜ ਦੀ ਸਮੱਸਿਆ ਨਹੀਂ, ਪਿਛਲੇ ਲੰਮੇ ਸਮੇਂ ਤੋਂ ਸਮੱਸਿਆ ਚੱਲਦੀ ਆ ਰਹੀ ਆ। ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਪਰਚੇ ਸਾਡੇ ਕਿਸਾਨਾਂ 'ਤੇ ਨਾ ਕੀਤੇ ਜਾਣ, ਜੁਰਮਾਨੇ ਨਾ ਕੀਤੇ ਜਾਣ, ਔਰ ਇਹਦੇ ਨਾ ਹਟੀਏ, ਸਰਕਾਰ ਇਸ ਪਾਸੋਂ ਪਿੱਛੇ ਨਾ ਹਟੀ। ਸਾਡੇ ਕਿਸਾਨਾਂ ਨੂੰ ਇਹਨਾਂ ਨੇ ਪਰੇਸ਼ਾਨ ਕੀਤਾ ਅਤੇ ਸੰਯੁਕਤ ਮੋਰਚਾ ਇਸ ਗੱਲ ਦਾ ਵੱਡਾ ਐਕਸ਼ਨ ਵੀ ਲਊਗਾ। ਅੱਜ ਦਿਵਾਲੀ ਦੇ ਤਿਉਹਾਰ ਹੈ, ਮਿਲਾਵਟੀ ਦਵਾਈਆਂ, ਨਕਲੀ ਦੁੱਧਾਂ ਦੇ ਆਪਾਂ ਨੂੰ ਪਤਾ ਕਿੰਨੀ ਭਰਮਾਰ ਹੈ, ਸਰਕਾਰ ਦਾ ਉੱਧਰਲੇ ਪਾਸੇ ਧਿਆਨ ਨਹੀਂ। ਸਰਕਾਰ ਨੂੰ ਇਸ ਗੱਲ ਦਾ ਪਤਾ, ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਸੈਂਪਲ ਫੜੇ, ਕਹਿੰਦੇ 35 ਸੈਂਪਲ ਫੇਲ ਹੋ ਗਏ। ਜਦੋਂ ਸਰਕਾਰ ਨੂੰ ਇਸ ਗੱਲ ਦਾ ਪਤਾ ਵੀ ਨਕਲੀ ਦੁੱਧ ਆ ਰਿਹਾ, ਸਾਡੇ ਸਰੀਰਾਂ ਨਾਲ ਸਾਡੇ ਲੋਕਾਂ ਨਾਲ ਖਿਲਵਾੜ ਹੋ ਰਿਹਾ, ਕਿਉਂ ਨਹੀਂ ਸਰਕਾਰ ਐਕਸ਼ਨ ਲੈਂਦੀ ਉਹਦੇ 'ਤੇ? ਦੁੱਧ ਪੈਦਾ ਕਿੰਨਾ ਹੋ ਰਿਹਾ? ਸਿਰਫ 14 ਲੱਖ ਲੀਟਰ ਆਪਾਂ ਨੂੰ ਦੁੱਧ ਚਾਹੀਦਾ ਅਤੇ ਪੈਦਾ ਕਿੰਨਾ ਹੋ ਰਿਹਾ? 26-27 ਲੱਖ ਲੀਟਰ। ਮਸਲਾ ਇਸ ਗੱਲ ਦਾ, ਸਰਕਾਰ ਨੂੰ ਇਸ ਗੱਲ ਦੇ ਉੱਤੇ ਪੂਰਾ ਗੌਰ ਨਾਲ ਜ਼ੋਰ ਦੇਣਾ ਚਾਹੀਦਾ। ਸਾਡੀ ਜਿਹੜੀ ਮੰਡੀਆਂ ਦੇ ਵਿੱਚ ਲਿਫਟਿੰਗ ਨਹੀਂ ਹੋ ਰਹੀ, ਢਿੱਲੀ ਹੋ ਰਹੀ ਆ, ਉਹਨੂੰ ਉੱਥੇ ਜਗ੍ਹਾ ਬਣੂਗੀ, ਤਾਂ ਹੀ ਸਾਡੇ ਮੰਡੀਆਂ ਦੇ ਵਿੱਚੋਂ ਝੋਨੇ ਆ ਕੇ ਉੱਥੇ ਦੁਬਾਰਾ ਲਿਗਣਗੇ। ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਤੁਰੰਤ ਇਹਦੇ 'ਤੇ ਪ੍ਰਬੰਧ ਕੀਤਾ ਜਾਵੇ। ਜੇ ਖਰੀਦ ਦੀ ਗੱਲ ਕਰਦੇ ਹਾਂ, ਹੁਣ ਮੋਚਰ ਸਿੱਲਾ ਮੌਸਮ ਹੈ, ਮੋਚਰ ਦੀ ਵੀ ਸਮੱਸਿਆ ਹੁਣ ਆ ਸਕਦੀ ਹੈ। ਜਦੋਂ ਅਸੀਂ ਇਹ ਗੱਲ ਕਹਿੰਦੇ ਸੀ, ਹੁਣ ਕੋਈ ਮੋਚਰ ਦੀ ਸਮੱਸਿਆ ਨਹੀਂ, ਕਿਉਂਕਿ ਹੁਣ ਮੌਸਮ ਦੇ ਵਿੱਚ ਸਿੱਲ ਆ ਚੁੱਕੀ ਆ। ਇੱਕੋ ਹੀ ਖੇਤ ਦੇ ਵਿੱਚੋਂ ਇੱਕੋ ਹੀ ਕੰਬਾਈਨ ਕੱਟਦੀ ਆ, ਇੱਕੋ ਹੀ ਟਰਾਲੀ ਦੇ ਵਿੱਚ ਝੋਨਾ ਆਉਂਦਾ। ਜਦੋਂ ਮੰਡੀ ਦੇ ਵਿੱਚ ਆ ਕੇ ਦੋ ਢੇਰੀਆਂ ਬਣ ਜਾਂਦੀਆਂ, ਇੱਕ ਦਾ ਮੋਚਰ 16 ਆ ਜਾਂਦਾ, ਦੂਜੇ ਦਾ 19 ਆ ਜਾਂਦਾ। ਇਹ ਵੀ ਸਾਡੀ ਇੱਕ ਵੱਡੀ ਲੁੱਟ ਹੋ ਰਹੀ ਆ। ਇਸ ਗੱਲ ਦੇ ਉੱਤੇ ਵੀ ਸਰਕਾਰ ਨੂੰ ਸੋਚਣ ਲਈ ਮਜਬੂਰ ਹੋਣਾ ਪਊਗਾ, ਕਿਉਂਕਿ ਜੇ ਇੱਕ ਟਰਾਲੀ ਦੇ ਵਿੱਚੋਂ ਲਾ ਕੇ ਦੋ ਢੇਰੀਆਂ ਬਣ ਜਾਂਦੀਆਂ, ਇੱਕ ਦਾ 16 ਅਤੇ ਇੱਕ ਦਾ 19 ਮੋਚਰ ਕਿਵੇਂ ਹੋ ਗਿਆ? ਇਸ ਗੱਲ ਦੀ ਵੀ ਸਰਕਾਰ ਨੂੰ ਅਪੀਲ ਕਰਦੇ ਹਾਂ ਵੀ ਇੱਧਰ ਧਿਆਨ ਦਿਓ, ਉਹਨਾਂ ਦੀ ਲਿਫਟਿੰਗ ਸਹੀ ਤਰੀਕੇ ਨਾਲ ਹੋਵੇ, ਭਾਅ ਸਹੀ ਤਰੀਕੇ ਨਾਲ ਲੱਗੇ। ਅੱਜ ਫਿਰ ਇੱਕ ਵਾਰ ਕਿਸਾਨ ਜਿਹੜੇ ਨੇ ਡੀਸੀ ਕੰਪਲੈਕਸਾਂ ਦੇ ਗੇੜ ਘੇਰੇ ਨੇ, ਮੰਗਾਂ ਕੀ ਨੇ? ਦੇਖੋ, ਮੰਗਾਂ ਨਹੀਂ, ਇਹਦੇ ਵਿੱਚ ਲਗਾਤਾਰ ਜਿਹੜੇ ਇੱਕ ਸੰਯੁਕਤ ਕਿਸਾਨ ਮੋਰਚਾ ਸੰਘਰਸ਼ ਦੇ ਮੈਦਾਨ ਦੇ ਵਿੱਚ ਆ। ਮੰਗਾਂ ਵੱਖ ਵੱਖ ਤਰ੍ਹਾਂ ਦੀਆਂ, ਜਿਵੇਂ ਮੰਡੀ ਦੇ ਵਿੱਚ ਝੋਨਾ ਤੁਲ ਨਹੀਂ ਰਿਹਾ, ਜਾਂ ਉਹਦੀ ਜਿਹੜੀ ਬੋਰੀਆਂ ਭਰੀਆਂ ਜਾਂਦੀਆਂ ਲਿਫਟਿੰਗ ਨਹੀਂ ਹੁੰਦੀ, ਜਾਂ ਲਗਾਤਾਰ ਕਿਸਾਨ ਨੂੰ ਬਿਠਾ ਕੇ ਉਹਦਾ ਜਿਹੜਾ ਕੱਟ ਲਾਇਆ ਜਾਂਦਾ ਵੀ ਇਹ ਰੋਕਣ ਵਾਸਤੇ, ਵੀ ਇਹ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਰੋਕੇ। ਇਸ ਤੋਂ ਬਿਨਾਂ DAP, ਕਿਉਂਕਿ ਅੱਜ ਜਿਹੜੀ ਬਿਜਾਈ ਆ ਉਹ ਲਗਾਤਾਰ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ, ਬਹੁਤ ਸਾਰੇ ਕਿਸਾਨਾਂ ਨੇ ਆਪਣੇ ਵਾਹਨ ਤਿਆਰ ਕਰ ਲਏ, ਪਰ DAP ਨਾ ਉਹਨੂੰ ਫੱਕਾ ਕਿਤੇ ਸੁਸਾਇਟੀ 'ਚੋਂ ਮਿਲ ਰਹੀ ਆ, ਨਾ ਕਿਸੇ ਦੁਕਾਨ ਤੋਂ। ਜੇ ਦੁਕਾਨਦਾਰ ਕੋਲ ਹੈਗੀ ਆ ਤਾਂ ਉਹ ਨਾਲ ਉਦੋਂ ਦੁੱਗਣਾ ਸਮਾਨ ਦੇ ਰਿਹਾ, ਵੀ ਇਹਨੂੰ ਰੋਕਿਆ ਜਾਵੇ ਅਤੇ DAP ਜਿਹੜੀ ਸਰਕਾਰ ਉਹਦਾ ਬਕਾਇਦਾ ਪ੍ਰਬੰਧ ਕਰੇ, ਅਤੇ ਝੋਨੇ ਦੀ ਜਿਹੜੀ ਖਰੀਦ ਆ ਉਹ ਪ੍ਰੋਪਰ ਤੌਰ 'ਤੇ ਹੋਣੀ ਚਾਹੀਦੀ, ਨਾਲ ਦੀ ਨਾਲ ਚੁਕਾਈ ਹੋਣੀ ਚਾਹੀਦੀ ਆ। ਅਤੇ ਜਿਹੜੇ ਕੱਟ ਹੋਇਆ ਵੀ ਜਿਨ੍ਹਾਂ ਦਾ ਹੁਣ ਸੁੱਕ ਵੀ ਗਿਆ ਝੋਨਾ, ਉਹਦੀ ਭਰਪਾਈ ਵੀ ਸਰਕਾਰ ਕਰੇ, ਜਿਹਨੇ ਸੁਕਾਇਆ, ਜਿਹਨੇ 26 ਜਿਹੜੀ ਸਰਕਾਰ ਨੇ ਬਜਵਾਇਆ ਸੀਗਾ, ਹੁਣ ਉਹਦਾ ਸੁੱਕ ਗਿਆ ਝੋਨਾ, ਉਹਦੀ ਭਰਪਾਈ ਜਿਹੜੀ ਕੁਆਂਟਲ ਪਿੱਛੇ 1 ਕਿਲੋ ਜੇ 1 ਪੁਆਇੰਟ ਘੱਟਦਾ ਤਾਂ ਸਿੱਧਾ ਫਰਕ ਪੈਂਦਾ, ਉਹਦੀ ਭਰਪਾਈ ਸਰਕਾਰ ਕਰੇ। ਇਸ ਤੋਂ ਬਿਨਾਂ ਵੀ ਪਰਾਲੀ ਦਾ ਬਹੁਤ ਮੁੱਦਾ ਤਾਂ ਹੈਗਾ, ਮੇਨ ਝੋਨਾ ਮੇਨਲੀ, ਜੇ ਝੋਨੇ ਦੀ ਫਸਲ ਬਦਲੀ ਜਾਂਦੀ ਆ ਤਾਂ ਪਰਾਲੀ ਵਾਲਾ ਝਾਂਜਟ ਵੀ ਮੁੱਕਦਾ। ਜੇ ਇੱਥੇ ਬਦਲਵੀਂ ਖੇਤੀ ਹੁੰਦੀ ਆ, ਦਾਲਾਂ ਦੀ ਹੋ ਜੇ, ਤਾਂ ਉਹਦਾ ਕੋਈ ਉਹ ਪ੍ਰਦੂਸ਼ਣ ਵੀ ਨਹੀਂ ਹੋਣਾ, ਧੂੰਆਂ ਵੀ ਨਹੀਂ ਹੋਣਾ। ਪਰ ਨਾਲ ਲਗਮਾ ਸਰਕਾਰ ਨੇ SHO ਨੂੰ ਕਹਿਤਾ ਵੀ ਤੂੰ ਸਾਰਾ ਕੁਝ ਦੇਖਣਾ, ਜਿਹਦਾ ਕੋਈ ਆਉਂਦਾ ਉਹਨੂੰ ਫੜ ਕੇ ਅੰਦਰ ਕਰੋ ਅਤੇ ਪਰਚਾ ਕਰੋ। ਦੋਸ਼ੀ ਸਰਕਾਰ ਜਿਹੜੀ ਉਹ ਕਿਸਾਨ ਨੂੰ ਬਣਾ ਰਹੀ ਆ ਵੀ SHO ਨੂੰ ਅਥੋਰਟੀ ਦੇ ਦਿੱਤੀ। ਇਹਦੇ 'ਤੇ ਕੋਈ ਬੇਲਰ ਦਾ ਪ੍ਰਬੰਧ ਨਹੀਂ ਹੈ। ਹੁਣ ਪਿੰਡਾਂ ਦੇ ਵਿੱਚ ਬਹੁਤ ਸਾਰੀ ਕਿਸਾਨੀ ਛੋਟੀ ਆ, 2 ਕਿੱਲੇ ਵਾਲੀ, 4 ਕਿੱਲੇ ਵਾਲੀ, ਉਹ ਐਡੇ ਸੰਦ ਤਾਂ ਲੈ ਨਹੀਂ ਸਕਦੇ, ਨਾ ਹੀ ਸਬਸਿਡੀ ਵਾਲਾ ਕੋਈ ਹੈ। ਉਹ ਜੇ 1 ਲੱਖ ਰੁਪਈਆ ਉਹ 'ਚ ਕੋਈ ਸਬਸਿਡੀ ਮਿਲੂ, ਪਹਿਲੀਆਂ ਸੰਦ ਲੈ ਕੇ ਉਹ ਸਾਲ ਭਰ ਉਹਨੂੰ ਕਢਾਉਣਾ ਪਊਗਾ। ਸੁਸਾਇਟੀਆਂ ਦੇ ਵਿੱਚ ਸੰਦਾਂ ਦਾ ਪ੍ਰਬੰਧ ਕੀਤਾ ਜਾਵੇ ਪ੍ਰੋਪਰ ਤੌਰ 'ਤੇ, ਜੇਕਰ ਇਹ ਪਰਾਲੀ ਵਾਲਾ ਮਸਲਾ ਹੱਲ ਕਰਨਾ, ਛੋਟਾ ਕਿਸਾਨ ਇਸ ਸੰਦ ਨੂੰ ਨਹੀਂ ਖਰੀਦ ਸਕਦਾ, ਫਿਰ ਉਹ ਤਾਂ ਅਣਸਰਦੀ ਵਾਲੀ ਗੱਲ ਆ, ਉਹ ਕਿਸਾਨ ਦਾ ਕਿਹੜਾ ਜੀ ਕਰਦਾ ਵੀ ਅੱਗ ਲਾਈ ਜਾਵੇ। ਤਾਂ ਗੱਠਾਂ ਵਾਲੀਆਂ ਪਿਛਲੀ ਵਾਰ ਛੋਟੀਆਂ ਗੱਠਾਂ ਵਾਲੀਆਂ, ਇਸ ਵਾਰ ਕਿਤੇ ਵੱਡੀਆਂ ਗੱਠਾਂ ਜੇ ਬੰਨੋਗੇ ਤਾਂ ਲਵਾਂਗੇ। ਇਸ ਕਰਕੇ ਵੀ ਪਰਾਲੀ ਵਾਲਾ ਮੁੱਦਾ ਵੀ ਜਿਹੜਾ ਉਹ ਇਸ ਮਾਡਲ ਦੇ ਨਾਲ ਜੁੜਿਆ ਵਾ, ਜਾਂ ਜਿਹੜਾ ਪ੍ਰਬੰਧ ਆ ਜਿਹੜਾ ਉਹ ਸਰਕਾਰ ਉਹਦੇ 'ਤੇ
ਵੀ ਮਹੀਆ ਪਿੰਡਾਂ ਦੇ ਵਿੱਚ ਸੈਟਿੰਗਾਂ ਦੇ ਵਿੱਚ ਸੰਦਾਂ ਦਾ ਪ੍ਰਬੰਧ ਕਰੇ, ਨਹੀਂ ਪਰਿਵਾਰ ਕਿਸਾਨਾਂ ਕੋਲ ਤਾਂ ਫਿਰ ਮਜਬੂਰੀ ਬਸ ਉਹ ਲਾਸਟ ਵਾਲਾ ਹਥਿਆਰ ਹੋ ਅੱਗ ਵਾਲਾ ਰਹਿ ਜਾਂਦਾ, ਉਹ ਤਾਂ ਫਿਰ ਸਰਕਾਰ ਇਸ਼ੂ ਬਣਾ ਲੈਂਦੀ। ਪੰਜਾਬ ਦੇ ਜਿਹੜੇ ਕਿਸਾਨ ਆ ਉਹ ਜਾਣ ਬੁੱਝ ਕੇ ਅੱਗ ਲਾਉਂਦੇ ਆ, ਪਰ ਸਰਕਾਰ ਕਿਸਾਨ ਕੋਲ ਕੋਈ ਉਹਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਉਹਨੇ ਮਜਬੂਰੀ ਬਸ ਕਰਨਾ ਪੈਂਦਾ। ਕਿਸਾਨ ਇੰਨਾ ਪਾਗਲ ਨਹੀਂ ਹੈ ਵੀ ਧੂੰਆਂ ਸਭ ਤੋਂ ਪਹਿਲਾਂ ਉਹਨੂੰ ਚੜ੍ਹਦਾ, ਵੀ ਉਹ ਜਾਣ ਬੁੱਝ ਕੇ ਅੱਗ ਲਾਵੇ। ਸਰਕਾਰ ਨੂੰ ਸਾਰੀਆਂ DAP ਦਾ ਪ੍ਰਬੰਧ ਵੀ ਕਰਨਾ ਚਾਹੀਦਾ ਸੈਟਿੰਗਾਂ ਦੇ ਵਿੱਚ, ਦੁਕਾਨਾਂ ਦੇ ਵਿੱਚ। ਸੋਸਾਇਟੀਆਂ ਦੇ ਵਿੱਚ ਸਰਕਾਰ ਨੇ ਕਿਹਾ ਸੀ ਨਵੇਂ ਖਾਤੇ ਖੋਲ੍ਹਾਂਗੇ, 35% ਖਾਤੇ ਖੋਲ੍ਹੇ ਹੋਏ ਅਤੇ 80% ਕਹਿੰਦੇ DAP ਸੈਟਿੰਗਾਂ 'ਚ ਭੇਜਣੀ ਆ, ਪਰ DAP 20% ਵੀ ਜਿਹੜੀ ਸੈਟਿੰਗਾਂ ਦੇ ਵਿੱਚ ਨਹੀਂ ਆਈ। ਦੁਕਾਨਾਂ 'ਤੇ ਆਈ ਤਾਂ ਪਿਛਲੇ ਟਾਈਮ 'ਚ ਲੁੱਟ ਹੋਈ, ਹੁਣ ਵੀ ਜਿਹੜੀ ਕਿਸਾਨਾਂ ਦੀ ਲੁੱਟ ਹੋਣੀ ਆ। PAU ਕਹਿ ਰਹੀ ਆ ਵੀ 15 ਨਵੰਬਰ ਤੱਕ ਬਿਜਾਈ ਹੋ ਜਾਣੀ ਚਾਹੀਦੀ ਹੈ, ਜੇ ਉਦੋਂ ਲੇਟ ਹੋਊਗੀ ਬਿਜਾਈ ਕਣਕ ਦੀ ਤਾਂ ਉਹ ਜਿਹੜੀ ਉਹ ਝਾੜ ਨਹੀਂ ਦੇਊਗੀ ਅਤੇ